ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਮਾਨਯੋਗ ਸੀਐਮ ਪੰਜਾਬ ਸਾਹਿਬ ਅਤੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਪੁਲਿਸ ਬਿਲਕੁਲ ਸਖਤੀ ਦੇ ਨਾਲ ਜਿਹੜੀ ਜੁਰਮ ਦੇ ਖਿਲਾਫ ਕੰਮ ਕਰ ਰਹੀ ਹੈ। ਇਹਦੇ ਲੜੀ ਦੇ ਵਿੱਚ ਤਰਨ ਤਾਰਨ ਪੁਲਿਸ ਵੱਲੋਂ ਜਿਹੜੀ ਕਾਰਵਾਈ ਲਿਆਉਂਦੇ ਹੋਏ ਇੱਕ ਵੱਡੀ ਜਿਹੜੀ ਸਫਲਤਾ ਪ੍ਰਾਪਤ ਕੀਤੀ ਹੈ, ਜਿਹਦੇ ਵਿੱਚ ਇੱਕ ਅੰਨੇ ਕਤਲ ਦੀ ਜਿਹੜੀ ਗੁੱਥੀ ਸੁਲਝਾ ਕੇ ਇੱਕ ਜਿਹੜਾ ਮੁੱਖ ਦੋਸ਼ੀ ਹੈ ਉਹਨੂੰ ਅਰੈਸਟ ਕੀਤਾ ਗਿਆ ਹੈਗਾ। 25/9/2024 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮੁੰਡਾ ਜਿਹਦਾ ਨਾਂ ਸੀਗਾ ਵਿਨੇ ਕੁਮਾਰ ਉਰਫ ਰੰਮੀ, ਉਹਦਾ ਕੁਝ ਅਣਪਛਾਤੇ ਮੁੰਡਿਆਂ ਨੇ ਮੋਟਰਸਾਈਕਲ 'ਤੇ ਆ ਕੇ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਇਨਫੋਰਮੇਸ਼ਨ 'ਤੇ ਆਉਣ ਤੋਂ ਉਪਰੰਤ ਇਮੀਡੀਏਟਲੀ ਜਿਹੜੇ SHO ਸਾਹਿਬ, ਸਾਡੀ CIA ਦੀ ਟੀਮਾਂ, ਵੱਖ ਵੱਖ ਜਿਹੜੇ ਸੀਨੀਅਰ ਅਫਸਰ ਮੌਕੇ 'ਤੇ ਪੁੱਜੇ ਹਨ ਅਤੇ ਇਮੀਡੀਏਟਲੀ ਜਿਹੜੀ ਤਫਤੀਸ਼ ਆਰੰਭ ਕਰ ਦਿੱਤੀ ਗਈ ਸੀ। ਤਫਤੀਸ਼ ਦੌਰਾਨ ਇਮੀਡੀਏਟਲੀ ਜਿਹੜਾ ਮੁਕੱਦਮਾ ਨੰਬਰ 199 ਜਿਹੜਾ 103 BNS ਅਤੇ 25/27 ਆਰਮਸ ਐਕਟ ਦੇ ਤਹਿਤ ਥਾਣਾ ਸਿਟੀ ਤਰਨ ਤਾਰਨ ਦੇ ਵਿੱਚ ਦਰਜ ਕੀਤਾ ਗਿਆ। ਤਫਤੀਸ਼ ਦੌਰਾਨ ਕਿਉਂਕਿ ਅੰਨਾ ਕਤਲ ਸੀ, ਬਹੁਤ ਹੀ ਡੂੰਘਾਈ ਨਾਲ ਜਿਹੜੀ ਤਕਰੀਬਨ 15-20 ਲੋਕਾਂ ਦੀ ਜਿਹੜੀ ਪੁੱਛਗਿੱਛ ਕੀਤੀ ਗਈ, ਇਹਦੇ ਸਾਥੀਆਂ ਦੀ ਪੁੱਛਗਿੱਛ ਕੀਤੀ ਗਈ, ਹੋਰ ਮੁੰਡਿਆਂ ਦੀ ਵੀ ਪੁੱਛਗਿੱਛ ਕੀਤੀ ਗਈ ਅਤੇ ਇਹਦੇ ਲੜੀ ਦੇ ਵਿੱਚ ਹੀ ਸਾਨੂੰ ਇੱਕ ਵੱਡੀ ਸਫਲਤਾ ਉਦੋਂ ਮਿਲੀ ਜਦੋਂ ਇੱਕ ਜਿਹਦਾ ਇਹਦਾ ਮੇਨ ਅਕਿਊਜ਼ਡ ਦੋਸ਼ੀ ਹੈਗਾ, ਜਿਹਦਾ ਨਾਂ ਹੈਗਾ ਅਜੇ ਕੁਮਾਰ ਉਰਫ ਅਜੇ, ਪੁੱਤਰ ਰਣਜੀਤ ਸਿੰਘ ਵਾਸੀ ਮੁਹੱਲਾ ਜਸਵੰਤ ਸਿੰਘ ਗਲੀ ਵਾਲਮਿਕ ਵਾਲੀ ਤਰਨ ਤਾਰਨ, ਇਹਦੀ ਜਿਹੜੀ ਅਰੈਸਟ ਇਹਨੂੰ ਕੀਤਾ ਗਿਆ ਹੈਗਾ। ਇਹਦੀ ਅਰੈਸਟ ਤੋਂ ਸਾਨੂੰ ਜਿਹੜਾ ਇੱਕ ਜਿਹੜਾ 32 ਬੋਰ ਦਾ ਜਿਹੜਾ ਦੇਸੀ ਜਿਹੜਾ ਪਿਸਤੌਲ ਹੈ ਸਮੇਤ 2 ਜਿੰਦਾ ਰੌਂਦ ਅਤੇ ਇੱਕ ਜਿਹੜਾ ਮੋਟਰਸਾਈਕਲ ਹੈਗਾ ਹੈ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ, ਜਿਹਦੇ ਵਿੱਚ ਪਿੱਛੇ ਨੀਲੀ ਲਾਈਟ ਜਿਹੜੀ ਜਲਦੀ ਸੀਗੀ ਉਹ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈਗਾ। ਡੂੰਘਾਈ ਨਾਲ ਪੁੱਛਗਿੱਛ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਅਜੇ ਕੁਮਾਰ ਹੈਗਾ ਅਤੇ ਵਿਨੇ ਕੁਮਾਰ, ਇਹਨਾਂ ਦੀ ਪੁਰਾਣੀ ਹੀ ਰੰਜਿਸ਼ ਚੱਲਦੀ ਸੀਗੀ ਅਤੇ ਵਿਨੇ ਕੁਮਾਰ ਨੇ ਕੁਛ ਮਹੀਨੇ ਪਹਿਲਾਂ ਅਜੇ ਕੁਮਾਰ ਦੀ ਕਾਫੀ ਜਿਹੜੀ ਕੁੱਟਮਾਰ ਕੀਤੀ ਸੀਗੀ ਅਤੇ ਉਹਦੇ ਕਰਕੇ ਇਹਨੂੰ ਕਾਫੀ ਬੇਇੱਜ਼ਤ ਵੀ ਕੀਤਾ ਗਿਆ ਸੀ ਅਤੇ ਅਜੇ ਕੁਮਾਰ ਨੇ ਉਹਦੀ ਹੀ ਰੰਜਿਸ਼ ਦੇ ਤਹਿਤ ਜਿਹੜਾ ਇਹ ਉਹਨੇ ਸੌਂਕ ਚੱਕੀ ਸੀ ਕਿ ਜਿਹੜਾ ਮੈਂ ਵਿਨੇ ਕੁਮਾਰ ਦਾ ਜਿਹੜਾ ਕਤਲ ਕਰ ਦੇਣਾ ਹੈਗਾ ਅਤੇ ਉਹਨੇ ਇਸ ਰੰਜਿਸ਼ ਦੇ ਤਹਿਤ ਹੀ ਜਿਹੜਾ ਇਹ ਵਿਨੇ ਕੁਮਾਰ ਉਰਫ ਰੰਮੀ ਹੈਗਾ ਉਹਦਾ ਕਤਲ ਕੀਤਾ ਹੈਗਾ। ਅਜੇ ਕੁਮਾਰ ਦੇ ਨਾਲ ਜਿਹੜਾ ਦੂਜਾ ਦੋਸ਼ੀ ਹੈਗੀ ਉਹਦੀ ਵੀ ਸ਼ਨਾਖਤ ਹੋ ਗਈ ਹੈਗੀ ਹੈ ਅਤੇ ਉਹਨੂੰ ਫੜਨ ਲਈ ਵੀ ਵੱਖ ਵੱਖ ਜਿਹੜੀ ਟੀਮਾਂ ਆਪਣਾ ਕੰਮ ਕਰ ਰਹੀਆਂ ਹੈਗੀਆਂ ਅਤੇ ਛੇਤੀ ਹੀ ਉਹਦੀ ਅਰੈਸਟ ਜਿਹੜੀ ਅਸੀਂ ਕਰ ਲਵਾਂਗੇ। ਇੱਥੇ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈਗੀ ਹੈ ਕਿ ਜਿਹੜਾ ਇਹ ਦੋਸ਼ੀ ਅਜੇ ਕੁਮਾਰ ਹੈ ਇਹਦੇ ਉੱਤੇ ਇੱਕ ਪਹਿਲਾਂ ਵੀ ਜਿਹੜਾ ਮੁਕੱਦਮਾ ਜਿਹੜਾ 363-366 ਦਾ ਥਾਣਾ ਸਦਰ ਜ਼ਿਲ੍ਹਾ ਅੰਮ੍ਰਿਤਸਰ ਕਮਿਸ਼ਨਰੇਟ ਵਿੱਚ ਦਰਜ ਸੀਗਾ ਅਤੇ ਉਸ ਮੁਕੱਦਮੇ ਦੇ ਵਿੱਚ 3/8/2022 ਨੂੰ ਜ਼ਮਾਨਤ 'ਤੇ ਆਇਆ ਸੀ। ਮੁਕੱਦਮੇ ਲੜੀ ਦੀ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਇਹਦਾ ਹੋਰ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਇਹਦੀ ਜਿਹੜੀ ਫੋਰਵਰਡ ਅਤੇ ਬੈਕਵਰਡ ਲਿੰਕਜਸ ਨੂੰ ਇਸਟੈਬਲਿਸ਼ ਕਰਕੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਇਹਨਾਂ ਦਾ ਆਪਸ 'ਚ ਹੀ ਜਿਹੜੀ ਪੁਰਾਣੀ ਖਹਿਬਾਜ਼ੀ ਚੱਲਦੀ ਹੈਗੀ ਇਹਨਾਂ ਦੀ ਅਤੇ ਉਹਦੇ ਕਰਕੇ ਹੀ ਬੇਸਿਕਲੀ ਇੱਕ ਦੂਜੇ ਨੂੰ ਜਿਹੜੀ ਅੱਖਾਂ ਦਿਖਾਉਂਦੇ ਰਹਿੰਦੇ ਸੀ ਅਤੇ ਜਿਹੜਾ ਲੜਾਈ ਝਗੜਾ ਇਹਨਾਂ ਦਾ ਚੱਲਦਾ ਰਹਿੰਦਾ ਸੀ। ਨਹੀਂ ਬਿਲਕੁਲ ਇੱਦਾਂ ਦੀ ਵੀ ਗੱਲ ਆਈ ਹੈ ਪਰ ਮੇਜਰ ਜਿਹੜੀ ਗੱਲ ਸੀਗੀ ਉਹ ਜਿਹੜੀ ਮਾਰ ਕੁਟਾਈ ਜਿਹੜੀ ਇਹਨੀ ਆਪਸ 'ਚ ਹੋਈ ਹੈ ਉਹਦੇ ਕਰਕੇ ਹੈਗਾ। ਸਰ ਕੋਈ ਜਿਹੜਾ ਦੋਸ਼ੀ ਫਰਾਰ ਹੈ ਉਹਦਾ ਕੋਈ ਪਛਾਣ ਦੀ ਕੋਈ ਹੋਈ ਨਹੀਂ ਹਜੇ ਕਿਉਂਕਿ ਓਪਰੇਸ਼ਨ ਚੱਲ ਰਿਹਾ ਹੈਗਾ, ਇਹ ਓਪਰੇਸ਼ਨਲ ਡਿਟੇਲ ਅਸੀਂ ਸੀਕਰੇਟ ਰੱਖਾਂਗੇ, ਇਮੀਡੀਏਟਲੀ ਉਹਦੀ ਅਰੈਸਟ ਕਰਕੇ ਅਸੀਂ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ। ਇਸ ਮਾਮਲੇ 'ਚ ਕੋਈ ਦੋਵਾਂ ਤੋਂ ਇਲਾਵਾ ਕੋਈ ਹੋਰ ਵੀ ਬੰਦਾ ਕੋਈ ਸ਼ਾਮਲ ਹੈਗਾ ਜਿੱਥੇ ਕੋਈ ਲੁਕੇ ਹੋਣ ਦੀ ਹਜੇ ਤੱਕ ਜਿੰਨੀ ਤਫਤੀਸ਼ ਹੈ ਇਹ 2 ਬੰਦੇ ਹੀ ਹੈਗੇ। ਸਰ ਕੋਈ ਇਹਨਾਂ ਕਿਸੇ ਨਾਲ ਸੰਬੰਧਿਤ ਨਹੀਂ ਕਿ ਕਿਸੇ ਬਦਮਾਸ਼ਾਂ ਨਾਲ ਜਾਂ ਕੋਈ ਦੂਜੇ ਕਿਤੇ ਹੋਰ? ਨਹੀਂ ਬਿਲਕੁਲ ਇਹਨਾਂ ਦੇ ਕੁਛ ਲਿੰਕਸ ਨਿਕਲੇ ਹੈਗੇ ਆ ਜਿਹੜੇ ਕਿ ਕੁਛ ਲੋਕਲ ਲੈਵਲ 'ਤੇ ਜਿਹੜੇ ਕੁਛ ਗੁੱਟ ਬਣੇ ਹੈਗੇ ਆ ਉਹਦੇ ਵਿੱਚ ਲਿੰਕਸ ਨਿਕਲੇ ਹਨ, ਉਹਦੀ ਵੀ ਅਸੀਂ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ। ਨਹੀਂ ਉਹ ਬਰਾਮਦ ਹੋਇਆ ਜੀ ਇਹਦੇ ਕੋਲੋਂ। ਸਰ ਕੁਰਮਾਨ ਵੀ ਲਿਆ ਗਿਆ? ਬਿਲਕੁਲ ਇਹਦਾ ਜਿਹੜਾ 3 ਦਿਨ ਦਾ ਰਿਮਾਂਡ ਲਿਆ ਗਿਆ ਹੈ ਅਤੇ ਲੋੜ ਮੁਤਾਬਿਕ ਹੋਰ ਵੀ ਰਿਮਾਂਡ ਲਵਾਂਗੇ।